ਪੰਜਾਬੀ ਯੂਨੀਵਰਸਿਟੀ ਗੁਰੂ ਕਾ ਸ਼੍ਰੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਦੇ ਸਪੋਰਟਸ ਵਿਭਾਗ ਵੱਲੋਂ ਮੇਰੀ ਪਹਿਲੀ ਪੁਸਤਕ ਸ਼ਾਇਰ ਸਥਾਨ ਦੇ ਰਿਲੀਜ਼ ਸਮਾਰੋਹ ਮੌਕੇ ਪਹੁੰਚੇ ਸਾਡੇ ਕੈਂਪਸ ਦੇ ਡਾਇਰੈਕਟਰ ਡਾਕਟਰ ਜਸਵੀਰ ਸਿੰਘ ਹੁੰਦਲ ਜੀ, ਸਾਡੇ ਸਪੋਰਟਸ ਵਿਭਾਗ ਦੇ ਇੰਚਾਰਜ ਡਾਕਟਰ ਗੁਰਜੀਤ ਸਿੰਘ ਜੀ, ਡਾਕਟਰ ਅਮਨਜੀਤ ਸਿੰਘ ਪ੍ਰੋਫੈਸਰ ਬਿਜ਼ਨਸ ਸਟੱਡੀਜ਼ ਵਿਭਾਗ, ਡਾਕਟਰ ਭਾਵਨਾ ਸ਼ਰਮਾ ਸਹਾਇਕ ਪ੍ਰੋਫੈਸਰ, ਡਾਕਟਰ ਐਮ ਪੀ ਸਿੰਘ ਰਿਟਾਇਰਡ ਪ੍ਰਿੰਸੀਪਲ, ਪ੍ਰੋਫੈਸਰ ਨਵਸੰਗੀ ਸਿੰਘ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਸਰਦਾਰ ਜਸਮੀਤ ਸਿੰਘ ਬੈਣੀਵਾਲ ਸਟੇਟ ਅਵਾਰਡੀ ਸਕੂਲ ਮੁਖੀ ਜਿਹਦਾ ਸਾਡੇ ਵਿਸ਼ੇਸ਼ ਸਮਾਰੋਹ ਉੱਪਰ ਪਹੁੰਚਣ 'ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਸਾਡੇ ਅੱਜ ਖਾਸ ਮਹਿਮਾਨ ਗੁਰਤਿੰਦਰ ਸਿੰਘ ਰਿੰਕੀਮਾਨ, ਸਰਦਾਰ ਨੱਥਾ ਸਿੰਘ ਜੀ, ਕੈਂਪਸ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ, ਮੇਰੇ ਪਿਛਲੇ ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨ ਅਤੇ ਮੇਰੇ ਸਾਰੇ ਪਿੰਡ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ। ਬਲਦੇਵ ਸਿੰਘ ਫੌਜੀ, ਹਰਦੀਪ ਸਿੰਘ ਸਿੱਧੂ, ਗੁਰਮੀਤ ਆਲੂਵਾਲੀਆ, ਮਨਜੀਤ ਸਿੰਘ ਸੁਖਮ, ਮਨਜਿੰਦਰ ਮਾਕਾ, ਇਹਨਾਂ ਦਾ ਵੀ ਆਪਣੇ ਵਿਚਾਰ ਪੇਸ਼ ਕਰਨ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ਼ਾਇਰ ਸਥਾਨ ਮੇਰੀ ਪਹਿਲੀ ਪੁਸਤਕ ਹੈ ਜੋ ਕਿ ਪੰਜਾਬੀ ਸਾਥ ਮੈਲਬੋਰਨ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਪੁਸਤਕ ਵਿੱਚ ਪੰਜਾਬੀ ਮੈਲਬੋਰਨ ਸਾਥ ਦੇ ਵਾਈਸ ਪ੍ਰੈਜੀਡੈਂਟ ਮੈਡਮ ਜੈਸਮਿਨ ਕੌਰ ਪੰਨੂ ਜੀ ਦਾ ਬਹੁਤ ਸਹਿਯੋਗ ਰਿਹਾ। ਮੈਨੂੰ ਨਹੀਂ ਪਤਾ ਸੀ ਕਿ ਮੈਂ ਕਦੇ ਕੋਈ ਕਵਿਤਾ ਲਿਖਾਂਗਾ ਜਾਂ ਕਿਤਾਬ ਲਿਖਾਂਗਾ ਅਤੇ ਉਹ ਛਪੇਗੀ ਅਤੇ ਇਸ ਤਰ੍ਹਾਂ ਅੱਜ ਆਪਣਾ ਕੋਈ ਇਸ ਤਰ੍ਹਾਂ ਪ੍ਰੋਗਰਾਮ ਹੋਵੇਗਾ। ਇਹ ਸਭ ਦਾ ਕ੍ਰੈਡਿਟ ਪੰਜਾਬੀ ਸਾਥ ਮੈਲਬੋਰਨ ਆਸਟ੍ਰੇਲੀਆ, ਮੇਰੇ ਕਾਲਜ ਸਪੈਸ਼ਲੀ ਪੰਜਾਬੀ ਸਪੋਰਟਸ ਵਿਭਾਗ ਦੇ ਫਿਜ਼ੀਕਲ ਡਿਪਾਰਟਮੈਂਟ ਦੇ ਸਰਦਾਰ ਗੁਰਦੀਪ ਸਿੰਘ ਰਾਮਨ, ਜਸਮੀਤ ਸਿੰਘ ਬੈਣੀਵਾਲ ਜੀ ਜਿਨ੍ਹਾਂ ਨੇ ਮੇਰੀ ਪੁਸਤਕ ਦਾ ਮੁੱਖ ਅੰਗ ਲਿਖਿਆ, ਮੇਰੇ ਰਿਲੇਟਿਵਸ, ਮੇਰੇ ਪੇਰੈਂਟਸ ਅਤੇ ਸਾਰੇ ਹੀ ਉਹਨੂੰ ਸਾਥ ਮਿਲ ਜਾਂਦਾ ਹੈ ਜਿਨ੍ਹਾਂ ਨੇ ਮੈਨੂੰ ਇੰਨਾ ਮੋਟੀਵੇਟ ਕੀਤਾ ਔਰ ਅੱਜ ਜਿਹੜੀ ਕਿਤਾਬ ਉਹ ਆਪਣੇ ਛਾਪ ਕੇ ਆਪਣੇ ਹੱਥਾਂ 'ਚ ਆ। ਮੈਂ ਸਭ ਤੋਂ ਪਹਿਲੀ ਕਵਿਤਾ 2018 ਵਿੱਚ ਲਿਖੀ ਸੀ ਜਦੋਂ ਮੈਂ ਜੀ ਆਰ ਈ ਟੀ ਕਰਦਾ ਹੁੰਦਾ ਸੀ। ਉੱਥੇ ਇੰਸਟੀਟਿਊਟ ਵਿੱਚ ਕਵਿਤਾ ਲਿਖ ਕੇ ਮੈਡਮ ਨੂੰ ਸੁਣਾਈ ਸੀ ਤਾਂ ਉਹਨਾਂ ਨੇ ਮੈਨੂੰ ਬਹੁਤ ਹੀ ਮੋਟੀਵੇਟ ਕੀਤਾ ਅਤੇ ਫਿਰ ਮੈਨੂੰ ਇਹ ਲੱਗਿਆ ਕਿ ਹੁਣ ਹੋਰ ਕਵਿਤਾ ਲਿਖਿਆ ਕਰਾਂ ਅਤੇ ਫਿਰ ਇਹਨਾਂ ਨੂੰ ਸੁਣਾਇਆ ਕਰਾਂ। ਫਿਰ ਮੈਂ ਰੋਜ਼ ਕਵਿਤਾ ਲਿਖਦਾ ਅਤੇ ਮੈਂ ਸੁਣਾਉਂਦਾ। 2018 ਦੇ ਅਗਸਤ ਮਹੀਨੇ ਵਿੱਚ ਫਿਰ ਮੈਂ 16 ਕਵਿਤਾਵਾਂ ਲਿਖੀਆਂ, ਇੱਕ ਡਾਇਰੀ ਤਿਆਰ ਕੀਤੀ। ਡਾਇਰੀ ਲਿਖਣ ਤੋਂ ਬਾਅਦ ਸਾਡੀ ਟੀ ਪੀ ਲੱਗੀ ਸੀ ਰਾਜਪੁਰ ਜੀ ਪੀ ਐੱਸ ਰਾਜਪੁਰ ਸਕੂਲ ਵਿੱਚ, ਉੱਥੇ ਬਲਵਿੰਦਰ ਸਾਹਿਬ ਸੀ, ਉਹਨਾਂ ਨੇ ਜਦੋਂ ਮੇਰੀ ਕਵਿਤਾਵਾਂ ਪੜ੍ਹੀਆਂ ਤਾਂ ਮੈਨੂੰ ਉਹਨਾਂ ਨੇ ਇੱਕ ਸਾਹਿਤ ਗਰੁੱਪ ਵਿੱਚ ਐਡ ਕਰਵਾਇਆ। ਉਹ ਗਰੁੱਪਾਂ ਦੇ ਵਿੱਚ ਜਦੋਂ ਕਵਿਤਾਵਾਂ ਭੇਜਦੇ ਸੀ ਤਾਂ ਗਾਹਾਂ ਦੀ ਗਾਹਾਂ ਉਹਨੇ ਭੇਜੀਆਂ ਅਤੇ ਕਾਫੀ ਗਰੁੱਪਾਂ ਦੇ ਵਿੱਚ ਜਿਹੜਾ ਕਿ ਮੈਨੂੰ ਉਹਨਾਂ ਨੇ ਐਡ ਕਰ ਲਿਆ। ਉੱਥੋਂ ਵੀ ਕਿਤੇ ਕਲਮ ਪੰਜਾਬ ਦੀ ਗਰੁੱਪ ਸੀ ਜਿਨ੍ਹਾਂ ਵਿੱਚੋਂ ਕਿ ਮੈਡਮ ਜੈਸਮਿਨ ਕੌਰ ਪੰਨੂ ਨੇ ਮੇਰੀਆਂ ਕਵਿਤਾਵਾਂ ਪੜ੍ਹੀਆਂ ਔਰ ਉਹਨਾਂ ਨੂੰ ਬਹੁਤ ਚੰਗੀਆਂ ਲੱਗੀਆਂ। ਉਸ ਤੋਂ ਬਾਅਦ ਮੈਡਮ ਨੇ ਮੈਨੂੰ ਫੋਨ ਕੀਤਾ ਕਿ ਜੇਕਰ ਤੁਹਾਡੀ ਕੋਈ ਕਿਤਾਬ ਛਪੀ ਹੈ ਤਾਂ ਮੈਨੂੰ ਭੇਜ ਦਿਓ, ਅਸੀਂ ਪੜ੍ਹਨੀ ਆ। ਤਾਂ ਮੈਡਮ ਦੱਸਿਆ ਕਿ ਮੈਡਮ ਮੈਂ ਹਾਲੇ ਸਟੱਡੀ ਕਰਦਾ ਸੀ, ਕੋਈ ਇਸ ਤਰ੍ਹਾਂ ਦੀ ਕਿਤਾਬ ਨਹੀਂ ਛਾਪੀ। ਤਾਂ ਫਿਰ ਉਹਨਾਂ ਨੇ ਕਿਹਾ ਕਿ ਚਲੋ ਆਪਾਂ ਕੋਈ ਕਿਤਾਬ ਛਪਵਾ ਲੈਂਦੇ ਹਾਂ ਔਰ ਹੌਲੀ ਹੌਲੀ ਕਰਦੇ ਕਰਦੇ ਉਹਨਾਂ ਨੇ ਜਿਹੜੀ ਮੇਰੀ ਬੁੱਕ ਸੀ ਉਹ ਸਪੋਂਸਰ ਕੀਤੀ ਔਰ ਅੱਜ ਆਪਣੀ ਜਿਹੜੀ ਬੁੱਕ ਆ ਉਹ ਛਪ ਗਈ। ਹੁਣ ਤੱਕ ਦੇ ਸਫ਼ਰ ਵਿੱਚ ਮੈਂ ਕਾਫੀ ਇੰਟਰਨੈਸ਼ਨਲ ਔਨਲਾਈਨ ਕਵੀ ਦਰਬਾਰ ਅਟੈਂਡ ਕੀਤੇ ਨੇ। ਅਵਤਾਰ ਸਿੰਘ ਸੀਮਤੀਵਾਲ ਡੇਅਰੀ ਦੇ ਵਿੱਚ ਲਾਈਵ ਪ੍ਰੋਗਰਾਮ ਚੱਲਿਆ ਸੀ, ਪੰਜਾਬੀ ਸੱਸ ਮੈਲਬੋਰਨ ਦੇ 5 ਪ੍ਰੋਗਰਾਮ ਮੈਂ ਲਾਈਵ ਅਟੈਂਡ ਕੀਤੇ ਨੇ। ਉਸ ਤੋਂ ਬਾਅਦ ਆਸਟ੍ਰੇਲੀਆ ਦੇ ਇੱਕ ਤਰੰਗ ਰੇਡੀਓ ਚੈਨਲ ਚੱਲਦਾ ਗਾ, ਉਸ ਉੱਪਰ ਮੇਰੀ ਇੰਟਰਵਿਊ ਆਈ ਸੀ 2 ਮਹੀਨੇ ਪਹਿਲਾਂ। ਅਤੇ ਇੱਕ ਨਵਾਂ ਸਾਡਾ ਜਿਹੜਾ ਕਾਵਿ ਸੰਗ੍ਰਹਿ ਛਪ ਰਿਹਾ ਕਾਗਜ਼ ਵਿੱਚ ਸਾਗਰ ਸਾਂਝਾ ਕਾਵਿ ਸੰਗ੍ਰਹਿ, ਉਹਦੇ ਵਿੱਚ ਹੀ ਮੇਰੀਆਂ ਕਵਿਤਾਵਾਂ ਨੇ ਔਰ ਗੁਰੂ ਕਾਸ਼ੀ ਸਾਹਿਤ ਅਕਾਦਮੀ ਵਿੱਚ ਵੀ ਜਿਹੜੇ 52 ਮੈਂਬਰੀ ਕਵੀ ਰੱਖੇ ਨੇ ਉਹਨਾਂ ਵੀ 52 ਮੈਂਬਰੀ ਕਵੀਆਂ ਵਿੱਚ ਮੈਂ ਇਸ ਟਾਈਮ ਮੈਂਬਰ ਹਾਂ। ਇਸ ਪੁਸਤਕ ਦਾ ਮੁੱਖ ਅੰਗ ਡਾਕਟਰ ਜਸਮੀਤ ਸਿੰਘ ਬੈਣੀਵਾਲ ਅਤੇ ਡਾਕਟਰ ਮਨੋਰਮਾ ਸਮਾਗ ਨੇ ਬਾਖੂਬੀ ਲਿਖਿਆ ਹੈ ਔਰ ਪੁਸਤਕ ਵਿੱਚ ਮੈਡਮ ਰਜਵੰਤ ਕੌਰ ਪ੍ਰੀਤ ਜੀ, ਹਰਦੀਪ ਸਿੱਧੂ ਰਾਜਪੁਰ, ਜਸਦੀਪ ਕੌਰ ਸਮਾਗ ਔਰ ਭੈਣ ਸੁਖਦੀਪ ਕੌਰ ਜੀ ਪੀ ਐੱਸ ਤਰਖਾਨਵਾਲਾ ਦਾ ਵਿਸ਼ੇਸ਼ ਸਹਿਯੋਗ ਮਿਲਿਆ। ਇਹ ਕਿਤਾਬ ਮੇਰੇ ਇਕੱਲੇ ਦੀ ਨਹੀਂ ਬਲਕਿ ਇਹਦੇ ਵਿੱਚ ਤੁਹਾਡਾ ਸਾਥ ਦਾ ਵੀ ਬਰਾਬਰ ਦਾ ਯੋਗਦਾਨ ਹੈ। ਮੈਂ ਮੇਰੇ ਪਰਿਵਾਰ ਦਾ, ਅਧਿਆਪਕਾਂ ਦਾ, ਮੇਰੇ ਪਿੰਡ ਦੇ ਉਹਨਾਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਪੈਰ ਪੈਰ 'ਤੇ ਮੈਨੂੰ ਕੋਈ ਚੰਗਾ ਕਰਨ ਲਈ ਪ੍ਰੇਰਿਤ ਕਰਦੇ ਰਹੇ। 10ਵੀਂ 12ਵੀਂ ਈ ਟੀ ਟੀ ਐਨ ਟੀ ਟੀ ਟੈਟ ਅਤੇ ਬੀ ਦੀਆਂ ਕਿਤਾਬਾਂ ਪੜ੍ਹਦਿਆਂ ਨੇ ਕਦੇ ਸੋਚਿਆ ਨਹੀਂ ਸੀ ਕਿ ਮੈਂ ਆਪਣੀ ਵੀ ਕਿਤਾਬ ਲਿਖੂੰ। ਮੈਂ ਕਦੇ ਸੋਚਿਆ ਨਹੀਂ ਸੀ ਕਿ ਕੋਈ ਕਿਤਾਬ ਲਿਖੂੰ, ਬਹੁਤ ਵੱਡੀ ਮਾਣ ਵਾਲੀ ਗੱਲ ਆ ਮੇਰੇ ਲਈ। ਔਰ
ਅੱਜ ਦਾ ਦਿਨ ਮੇਰੇ ਲਈ ਬਹੁਤ ਵੱਡਾ ਟਾਸਕ ਹੈ ਤੁਹਾਡੇ ਨਾਲ ਦੇਣਾ ਸ਼ਾਇਦ ਲਾਈਫ ਦੀ ਸਭ ਤੋਂ ਵੱਡੀ ਖੁਸ਼ੀ ਹੈ ਦੇਣਾ ਮੇਰੇ ਲਈ ਮੈਂ ਲਾਈਫ ਟਾਈਮ ਨਹੀਂ ਭੁੱਲ ਸਕਦਾ ਦੇਣਾ ਮੈਂ ਸੋਚਿਆ ਨਹੀਂ ਸੀ ਕਦੇ ਕਿ ਇਸ ਤਰ੍ਹਾਂ ਸਟੇਜ 'ਤੇ ਬਣਾਂਗਾ ਮੇਰੇ ਪਿੰਡ ਦੇ ਲੋਕ ਆਉਣਗੇ ਮੇਰੇ ਅਧਿਆਪਕ ਆਉਣਗੇ ਮੈਨੂੰ ਪਤਾ ਕਾਫੀ ਕੁਛ ਉਹਦੇ ਪਿੱਛੇ ਰਹਿ ਗਿਆ ਜੋ ਮੈਂ ਬੋਲਣਾ ਸੀਗਾ ਪਰ ਮੈਂ ਨਹੀਂ ਬੋਲ ਸਕਦਾ ਕਿਉਂਕਿ ਸਟੇਜ ਤੋਂ ਬਹੁਤ ਡਰ ਲੱਗ ਰਿਹਾ ਪਹਿਲਾਂ ਵੀ ਕਦੇ ਨਹੀਂ ਬੋਲਿਆ ਸੀਗਾ ਔਰ ਗੁਰਦੀਪ ਰਾਮ ਸਰ ਨੂੰ ਵੀ ਕਿਹਾ ਸੀਗਾ ਕਿ ਸਰ ਮੈਂ ਨਹੀਂ ਬੋਲ ਸਕਦਾ ਸੀ ਪਹਿਲੀ ਜਾਂ ਦੂਜੀ ਵਾਰੀ ਸਟੇਜ 'ਤੇ ਆਇਆ ਗਿਆ ਮੈਂ ਇਹ ਸਭ ਲਈ ਇੱਥੇ ਬੋਲਣ ਸਮੇਂ ਹੋਈ ਕੋਈ ਗਲਤੀ ਲਈ ਮੈਂ ਮਾਫ਼ੀ ਚਾਹੁੰਦਾ ਜਦੋਂ ਇੱਕ ਵਾਰ ਫਿਰ ਹਰ ਇੱਕ ਉਸ ਸ਼ਖਸ 'ਤੇ ਅਤੇ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮੇਰੀ ਬੁੱਕ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਮੈਂ ਧੰਨਵਾਦ ਕਰਦਾ ਗਾ ਸਪੈਸ਼ਲੀ ਸਾਡੇ ਗੁਰਦੀਪ ਰਾਮ ਸਰ ਦਾ ਖੇਡ ਵਿਭਾਗ ਦਾ ਗੁਰੂ ਕਾਸ਼ੀ ਕੈਂਪਸ ਦੇ ਸਾਰੇ ਅਧਿਆਪਕਾਂ ਦਾ ਮੇਰੇ ਪਿੰਡ ਤੋਂ ਹੈ ਸੱਜਣਾ ਦਾ ਅਤੇ ਪੁਰਾਣੇ ਸਕੂਲਾਂ ਤੋਂ ਅਧਿਆਪਕਾਂ ਦਾ ਅਤੇ ਸਪੈਸ਼ਲੀ ਪੰਜਾਬੀ ਸੰਸਥ ਮੈਲਬਰਨ ਜਿਨ੍ਹਾਂ ਨੇ ਮੇਰੀ ਕਿਤਾਬ ਸਪੋਂਸਰ ਕੀਤੀ ਔਰ ਛਾਪ ਕੇ ਅੱਜ ਤੁਹਾਡੇ ਹੱਥਾਂ ਵਿੱਚ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸ਼ੁਕਰੀਆ ਤੇਰੀ ਅੱਖ ਚੋਂ ਨਿਕਲੇ ਅੱਥਰੂ ਦੱਸ ਰਹੇ ਹਨ ਸਹਿਜ ਸੁਖਮ ਤੇਰੇ ਦਿਲੋਂ ਦਿਮਾਗ ਦੀ ਹਾਲਾ ਮੇਰੇ ਹੁਣੇ ਆ ਲੈਂਦਾ ਜੀ ਇਹਨੂੰ ਦੇਖ ਕੇ ਯਾਦ ਆਈ ਜਾਂਦੀ ਹੰਝੂ ਮੈਨੂੰ ਪਤਾ ਜਦੋਂ ਹੰਝੂ ਨਿਕਲਣਾ ਕਮਜ਼ੋਰੀ ਨਹੀਂ ਹੁੰਦੀ ਇਹ ਗੱਲ ਫਹਿਮੀ ਆ ਕਿ ਹੰਝੂ ਨਿਕਲਣਾ ਕਮਜ਼ੋਰੀ ਹੈ ਨਹੀਂ ਹੰਝੂ ਨਿਕਲਣਾ ਤੋਂ ਪਤਾ ਲੱਗਦਾ ਕਿ ਇਸਦਾ ਮਨ ਕਿੰਨਾ ਕੋਮਲ ਹੈ ਕੋਮਲ ਮਨ ਦੇ ਵਿੱਚ ਦੀਆਂ ਅੱਖਾਂ ਵਿੱਚੋਂ ਹੀ ਹੰਝੂ ਕਿਤੇ ਆਉਂਦੇ ਹਨ ਕਠੋਰ ਆਦਮੀ ਦਾ ਇੱਥੋਂ ਤੱਕ ਹਨ ਜਿਵੇਂ ਅਸੀਂ ਪਿੱਛੇ ਜੇ ਲੁਧਿਆਣੇ ਦੀ ਇੱਕ ਖਬਰ ਪੜ੍ਹੀ ਕਿ ਇੱਕ ਛੋਟੀ ਜਿਹੀ ਬੜੀ ਪਿਆਰੀ ਜਿਹੀ ਬੱਚੀ ਨੂੰ ਉਹਦੀ ਗਵਾਂਢਣ ਨੇ ਲਿਜਾ ਕੇ ਟੋਏ ਦੇ ਵਿੱਚ ਸਿੱਟ ਕੇ ਜਿਉਂਦਾ ਦੱਬਿਆ ਤਾਂ ਏਦਾਂ ਦੇ ਵੀ ਇੱਥੇ ਧਰਤੀ ਤੇ ਲੋਕ ਹਨ ਬਾਕੀ ਸਾਰਿਆਂ ਦਾ ਤਹਿ ਦਿਲੋਂ ਫਿਰ ਧੰਨਵਾਦ ਛੋਟੀ ਜਿਹੀ ਗੱਲ ਇਹ ਹੈ ਕਿ ਅਰਸ਼ਦੀਪ ਕਰੋਨਾ ਕਰਕੇ ਲਾਸਟ ਉਦੋਂ ਮੈਨੂੰ ਬਾਹਲਾ ਮਿਲ ਨਹੀਂ ਸਕਿਆ ਜੁਲਾਈ ਤੋਂ ਪਹਿਲਾਂ ਆਇਆ ਬੁੱਕ ਦਿੱਤੀ ਤੇ ਮੈਂ ਕਿਹਾ ਬਹੁਤ ਸੋਹਣਾ ਲਿਖਿਆ ਵੀ ਮੈਂ ਪੜ੍ਹੂੰਗਾ ਬਾਕੀ ਗੱਲ ਬਾਅਦ ਦੇ ਵਿੱਚ ਕਰਾਂਗੇ ਮੈਂ ਪੜ੍ਹੀ ਤੇ ਅਰਸ਼ਦੀਪ ਫਿਰ ਮੇਰੇ ਕੋਲ ਡੇਲੀ ਹੀ ਆ ਜਾ ਕਰੇ ਮੇਰੇ ਰੂਮ ਦੇ ਵਿੱਚ ਤੇ ਸਰ ਕਹਿੰਦਾ ਵੀ ਰਿਲੀਜ਼ ਦਾ ਏਦਾਂ ਕਰਾਉਣਾ ਹੈ ਮੈਂ ਕਿਹਾ ਅਰਸ਼ਦੀਪ ਸਮਾਂ ਆਊਗਾ ਫਿਰ ਕਰਾਂਗੇ ਵੀ ਹਜੇ ਸਮਾਂ ਨਹੀਂ ਚਲੋ ਉਸ ਤੋਂ ਬਾਅਦ ਸਾਡੇ ਕੈਂਪਸ ਦਾ ਵੀ ਚੰਨ ਪਿਆ ਸਾਡੇ ਗੇਮਸ ਕੈਲੰਡਰ ਆ ਗਏ ਕੋਈ ਗੱਲ ਨਹੀਂ ਮੈਂ ਕਰੀ ਔਰ ਇੱਥੋਂ ਤੱਕ ਕਹਿਤਾ ਜੇ ਕਾਲੀ ਹੈ ਨਾ ਅਰਸ਼ਦੀਪ ਰਾਜੇ ਆਪਣੇ ਕੈਂਪਸ ਬਹੁਤ ਪ੍ਰੋਗਰਾਮ ਹੁੰਦੇ ਹਨ ਤੁਸੀਂ ਰਾਜੇ ਕਿਤੇ ਉੱਥੇ ਉਹ ਕਰੋ ਕਿਉਂਕਿ ਜਦੋਂ ਸਪੋਰਟਸ ਦਾ ਚੱਲ ਪੈਂਦਾ ਫਿਰ ਮੇਰਾ ਧਿਆਨ ਨਹੀਂ ਹੋਰ ਪਾਸੇ ਜਾਂਦਾ ਪਰ ਇਹਨੇ ਇੱਕ ਗੱਲ ਕਹੀ ਵੀ ਮੈਂ ਜੀ ਬੈਡਮਿੰਟਨ ਦਾ ਪਲੇਅਰ ਹਾਂ ਇਸ ਡਿਪਾਰਟਮੈਂਟ ਦਾ ਹੀ ਹਿੱਸਾ ਹਾਂ ਬਸ ਇੱਕ ਬੇਨਤੀ ਹੈ ਮੇਰੀ ਵੀ 31 ਦਸੰਬਰ ਤੋਂ ਪਹਿਲਾਂ ਪਹਿਲਾਂ ਜਦੋਂ ਮਰਜ਼ੀ ਤੁਸੀਂ ਪ੍ਰੋਗਰਾਮ ਰੱਖ ਲਿਓ ਤੇ ਉਹ ਸਮਾਂ ਆਇਆ ਅੱਜ ਦਾ ਇਹ ਸਮਾਗਮ ਰੱਖਿਆ ਗਿਆ ਤੇ ਹੁਣ ਆਪਾਂ ਪ੍ਰਾਈਜ਼ ਵਾਲੋਂ ਸਤਿਕਾਰ ਹੈ ਉਹ ਜਿਹੜਾ ਸ਼ੁਰੂ ਕਰੀਏ ਡਾਕਟਰ ਸਾਹਿਬ ਇੱਥੇ ਇੱਕ ਜਾਣ ਕੇ ਥੋੜਾ ਆ ਕੋਈ ਉਹ ਤਾਂ ਨਹੀਂ ਜੇ ਸਾਈਡ ਤੇ ਕਰ ਲਈਏ ਬਾਕਸਿੰਗ ਟੀਮ ਲੜਕੀਆਂ ਦੇ ਲੜਕੇ ਇਕੱਠੇ ਆ ਬੋਲਾ ਜੀ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਉੱਥੇ ਲੈ ਕੇ ਜਾਣਾ ਸਾਰੇ ਉਹਨਾਂ ਤੋਂ ਬਾਕਸਿੰਗ ਟੀਮ ਰਾਜਵਿੰਦਰ